ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮੱਟ ਸ਼ੇਰੋਂਵਾਲਾ। ਪੰਜਾਬ ਦੇ ਪਾਣੀਆਂ ਦੀ ਮੈਨੂੰ ਤਾਂ ਬਹੁਤ ਜ਼ਿਆਦਾ ਫਿਕਰ ਹੈ ਸੱਚੀ, ਕਿਉਂਕਿ ਮੈਂ ਮਹਾਰਾਸ਼ਟਰ ਵੀ ਦੇਖਿਆ ਅਤੇ ਮੈਂ ਰਾਜਸਥਾਨ ਵੀ ਵੇਖੇ ਜਿੱਥੇ ਪਾਣੀ ਲਾਈਨਾਂ ਲੱਗਦੀਆਂ ਨੇ। ਜਦੋਂ ਕੋਈ ਵੜਦਾ ਏ ਰੁੱਖ ਮਿੱਤਰੋ, ਸੱਚੀ ਬੜਾ ਲੱਗਦਾ ਏ ਦੁੱਖ ਮਿੱਤਰੋ। ਜਦੋਂ ਕੋਈ ਵੜਦਾ ਏ ਰੁੱਖ ਮਿੱਤਰੋ, ਸੱਚੀ ਬੜਾ ਲੱਗਦਾ ਏ ਦੁੱਖ ਮਿੱਤਰੋ। ਕੁਦਰਤ ਨਾਲ ਹੋਣ ਲੱਗ ਗਈਆਂ ਸੇੜਖਾਨੀਆਂ, ਫਾਇਦਿਆਂ 'ਚ ਵੜ ਗਏ ਮਨੁੱਖ ਮਿੱਤਰੋ। ਜਿਹੜੀ ਚੀਜ਼ ਦੀ ਹੁੰਦੀ ਆ ਦੁਰਵਰਤੋਂ, ਉਹ ਲਾਜ਼ਮੀ ਰਹਿੰਦੀ ਹੈ ਇੱਕ ਦਿਨ ਮੁੱਕ ਕੇ। ਬਚਾ ਲਓ ਜੇ ਬਚਾਇਆ ਜਾਂਦਾ, ਪਾਣੀ ਹਾਣੀਓ, ਨਹੀਂ ਤਾਂ ਤਾਲੂ ਇਹ ਨਾ ਲੱਗੂ ਕਦੇ ਜੀਭ ਸੁੱਕ ਕੇ। ਬਚਾ ਲਓ ਜੇ ਬਚਾਇਆ ਜਾਂਦਾ, ਪਾਣੀ ਹਾਣੀਓ, ਨਹੀਂ ਤਾਂ ਤਾਲੂ ਇਹ ਨਾ ਲੱਗੂ ਇੱਕ ਦਿਨ ਜੀਭ ਸੁੱਕ ਕੇ। ਆ ਬੀਬੀਆਂ ਨੂੰ ਘਰੇ ਸਮਝਾਇਆ ਕਰੋ ਜੀ ਕਿ ਬਿਨਾਂ ਗੱਲੋਂ ਪਾਣੀ ਨਾ ਵਹਾਇਆ ਕਰੋ ਜੀ। ਆ ਬੀਬੀਆਂ ਨੂੰ ਘਰੇ ਸਮਝਾਇਆ ਕਰੋ ਜੀ ਕਿ ਬਿਨਾਂ ਗੱਲੋਂ ਪਾਣੀ ਨਾ ਵਹਾਇਆ ਕਰੋ ਜੀ। ਪਾਣੀ ਵਾਲਾ ਪਾਈਪ ਵਿਹੜੇ ਵਿੱਚ ਛੱਡ ਕੇ ਕੰਨ ਉੱਤੇ ਫੋਨ ਜਾਂ ਨਾ ਲਾਇਆ ਕਰੋ ਜੀ, ਨਾਲੇ ਕਸਰਤ ਦੀ ਕਸਰਤ ਹੋ ਜੂਗੀ। ਇਹਨਾਂ ਨੂੰ ਕਹੋ ਝਾੜੂ ਮਾਰ ਕੇ ਸੁੱਕਾ ਪੋਚਾ ਲਾਇਆ ਕਰੋ ਜੀ, ਨਹੀਂ ਤਾਂ ਰਾਜਸਥਾਨ ਦੇ ਟਿੱਬਿਆਂ 'ਚ ਲੈ ਜਾਓ। ਮੇਰੀ ਸਰਤ ਹੈ, ਥੁੱਕ ਵੀ ਜੇ ਦਿਖਾ ਗਈਆਂ ਥੁੱਕ ਕੇ। ਬਚਾ ਲਓ ਜੇ ਬਚਾਇਆ ਜਾਂਦਾ ਪਾਣੀ ਬੀਬੀਓ, ਨਹੀਂ ਤਾਂ ਤਾਲੂ ਇਹਨਾਂ ਲੱਗੂ ਇੱਕ ਦਿਨ ਜੀਭ ਸੁੱਕ ਕੇ। ਬਚਾ ਲਓ ਜੇ ਬਚਾਇਆ ਜਾਂਦਾ ਪਾਣੀ ਹਾਣੀਓ, ਨਹੀਂ ਤਾਂ ਤਾਲੂ ਇਹਨਾਂ ਲੱਗੂ ਇੱਕ ਦਿਨ ਜੀਭ ਸੁੱਕ ਕੇ। ਮੇਰੇ ਨਾਲ ਨਾਰਾਜ਼ ਹੋਇਓ ਨਾ ਕਿਸਾਨ ਜੀ, ਜੇ ਝੋਨੇ ਨੂੰ ਛੱਡ ਕੇ ਹੋਰ ਫਸਲਾਂ ਵੱਲ ਵੀ ਦੇ ਦੇਵੋ ਧਿਆਨ ਜੀ। ਮੈਨੂੰ ਪਤਾ ਕਿ ਪਹਿਲਾਂ ਹੋਊਗਾ ਨੁਕਸਾਨ ਜੀ, ਪਰ ਨੁਕਸਾਨ ਹੀ ਚੰਗਾ ਜੇ ਬਚ ਜਾਵੇ ਜਾਨ ਜੀ। ਬੇਨਤੀ ਆ ਤੁਹਾਨੂੰ ਮੇਰੀ, ਹੱਥ ਜੋੜ ਕੇ ਅਤੇ ਤੁਹਾਡੇ ਅੱਗੇ ਝੁੱਕ ਕੇ, ਬਚਾ ਲਓ ਜੇ ਬਚਾਇਆ ਜਾਂਦਾ ਪਾਣੀ ਹਾਣੀਓ, ਨਹੀਂ ਤਾਂ ਤਾਲੂ ਇਹ ਨਾ ਲੱਗੂ ਕਦੇ ਜੀਭ ਸੁੱਕ ਕੇ। ਬਚਾ ਲਓ ਜੇ ਬਚਾਇਆ ਜਾਂਦਾ ਪਾਣੀ ਹਾਣੀਓ, ਨਹੀਂ ਤਾਂ ਤਾਲੂ ਇਹ ਨਾ ਲੱਗੂਗੀ ਇੱਕ ਦਿਨ ਜੀਭ ਸੁੱਕ ਕੇ। ਜਿਵੇਂ ਪੈਸੇ ਸੇਵ ਕਰਦੇ ਹੋ, ਪਾਣੀ ਵੀ ਸੇਵ ਕਰ ਲਓ। ਇਹ ਵੀਡੀਓ ਨੂੰ ਪੱਕਾ ਸ਼ੇਅਰ ਕਰਿਓ, ਕਿਉਂਕਿ ਜਿਹਦੇ ਕੋਲ ਇਹ ਵੀਡੀਓ ਪਹੁੰਚੀ, ਘੱਟੋ ਘੱਟ ਉਹ ਪਾਣੀ ਬਚਾਉਣਾ ਸ਼ੁਰੂ ਕਰ ਦੂਗਾ। ਸਤਿ ਸ਼੍ਰੀ ਅਕਾਲ, ਲਵ ਯੂ, ਖੁਸ਼ ਰਹੋ, ਆਬਾਦ ਰਹੋ।